ਸ਼ਾਦੀ ਨਹੀਂ ਕਰਨੀ? ਮੈਨੂੰ ਸ਼ਰਮ ਆਉਂਦੀ ਸ਼ਾਦੀ ਤੂੰ ਹਾਂਜੀ ਸ਼ਰਮ ਆਉਂਦੀ ਸ਼ਾਦੀ ਤਾਂ ਕਰਨੀ ਜਾਣਾ ਰਿਸ਼ਤੇਦਾਰ ਹੀ ਕਹਿੰਦੇ ਵਿਆਹ ਕਰਾ ਲਓ ਰਿਸ਼ਤੇਦਾਰ ਕਹਿੰਦੇ ਮਾਂ ਕਹਿੰਦਾ ਮੈਨੂੰ ਸ਼ਰਮ ਆਉਂਦੀ ਨਾਜ਼ਰੀਨ ਦੇਖੇ ਇਹ ਸਿਗਰਟ ਸੇ ਹੈ ਕਿਸ ਸੇ ਲਿਖਾ ਨਹੀਂ ਉਹ ਮਾਜਰ ਦੀਆਂ ਤੀਲੀਆਂ ਤਾੜ ਕੇ ਪਾ ਅੱਛਾ ਇਹ ਪਟਾਕਾ ਕਿਉਂ ਉੱਠਿਆ ਵਾ ਤੂੰ ਆ ਕੇ ਰਿਲੇਸ਼ਨ ਖਰਾਬ ਹੋ ਗਿਆ ਜੀ ਜੀ ਜੰਮ ਬਣਿਆ ਜਿੱਦਾਂ ਬੰਦਾ ਲਿੱਦਰ ਖਾਂਦਾ ਨਾ ਆਵਾਜ਼ ਆ ਗਿਆ ਤੇ ਪੈਂਦਾ ਕਾਨੂੰਨ ਪਾਸ ਹੋਇਆ ਦੋ ਸ਼ਾਦੀਆਂ ਦੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਨਹੀਂ ਲੱਭਦਾ ਤੇ ਦੋ ਦੋ ਕਿੱਥੋਂ ਲੱਭਣੇ ਜੇ ਨਾਲੇ ਬਾਅਦ 'ਚ ਜਿਹਨਾਂ ਦਾ ਇੱਕ ਹੋਇਆ ਉਹਨਾਂ ਨੇ ਦੋ ਕਹਿੰਦੇ ਨੇ ਛਿੱਤਰ ਹੀ ਖਾਣੇ ਨੇ ਮੇਰੇ ਖਿਆਲ ਦੇ ਵਿੱਚ ਤੇ ਇਹ ਗੱਲ ਹੈ ਕਿਉਂਕਿ ਦੂਸਰੀ ਕਹਿਣਾ ਚਾਹੁੰਦੇ ਹੋ ਅਸੀਂ ਪੁੱਛ ਰਹੇ ਹਾਂ ਕਿ ਗੌਰਮੈਂਟ ਜਿਹੜਾ ਦੂਜੀ ਸ਼ਾਦੀ ਦਾ ਆਪਸ਼ਨ ਕੱਢਿਆ ਉਹਦੇ ਤੇ ਤੁਸੀਂ ਕਿੰਨਾ ਐਗਰੀ ਹੋ ਜਿੱਦਾਂ ਗਰੀਬਾਂ ਦੀ ਇੱਕ ਨਹੀਂ ਵੀ ਹੁੰਦੀ ਹੋ ਕੇ ਕਰਨ ਉਹੀ ਬਹਿਸ ਚੱਲ ਰਹੀ ਹੈ ਨਾ ਤੁਹਾਡੀ ਕਿਉਂ ਨਹੀਂ ਹੋ ਰਹੀ ਤੇ ਸਾਡਾ ਫਿਰ ਇੱਕ ਆਪ ਗੌਰਮੈਂਟ ਨੂੰ ਕਹੋ ਸਾਡਾ ਜੋੜਾ ਜੋੜਾ ਹੀ ਦੇ ਸਰ ਐਡਾ ਹੈ ਬਿਹਤਰੀਨ ਆਪਸ਼ਨ ਗੌਰਮੈਂਟ ਹੈ ਜਿੰਨੀਆਂ ਸ਼ਾਦੀਆਂ ਕਰੋ ਉਨਾ ਖਰਚਾ ਵਧੀ ਜਾਏਗਾ ਏਲੀਅਨ ਦਾ ਨਾਮ ਸੁਣਿਆ ਜੋਤੀ ਬਸ ਕਰਨਾ ਚਾਹੁੰਦੇ ਹੋ ਤੁਸੀਂ ਨਹੀਂ ਮੈਂ ਤੇ ਫਿਲਮ ਵਗੈਰਾ ਨਹੀਂ ਵਿਆਹ ਤੇ ਕਰਾਂਗੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਠੀਕ ਠਾਕ ਅਲਹਮਦੁਲਿਲਾ ਸ਼ੁਕਰ ਅੱਲਾ ਦਾ ਠੀਕ ਸਭ ਤੋਂ ਪਹਿਲੇ ਆਪ ਸੇ ਬਾਤ ਕਰਨੀ ਆ ਅੱਛਾ ਜ਼ਿੰਦਗੀ ਮੇਂ ਆਪ ਕਿਆ ਆਪ ਬਣਨਾ ਚਾਹਤੇ ਹੈ ਕਿਆ ਆਪਕੀ ਖੁਆਇਸ਼ ਹੈ ਬਣਨਾ ਤਾਂ ਕੋਈ ਨਹੀਂ ਚਾਹੁੰਦਾ ਵਿਆਹ ਬੜੀ ਲੰਮੀ ਹੈ ਬਾਸ਼ਾ ਜੀ ਕੌਣ ਸੀ ਲੰਮੀ ਹੈ ਵਿਆਹ ਨਹੀਂ ਹੋ ਲੱਗੇ ਆ ਵਿਆਹ ਇਹਦਾ ਕੀ ਉਹਨਾਂ ਨੂੰ ਫੁੱਫੀ ਰਿਸ਼ਤਾ ਨਹੀਂ ਦਿੰਦੀ ਵਿਆਹ ਫਿਰ ਹੁਣ ਕੀ ਹੋਣਾ ਇਹਦਾ ਭਾਜੀ ਤੁਸੀਂ ਇਹਨਾਂ ਦੇ ਕੀ ਰੋਸ਼ਨੀ ਪਾ ਸਕਦੇ ਹੋ ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਆਪਣੀ ਪੁੱਫੀ ਕੋਲ ਰਿਸ਼ਤਾ ਮੰਗਿਆ ਉਹਨਾਂ ਨੇ ਦਿੱਤਾ ਤੇ ਬਾਹਰ ਬਗਾਨਿਆ ਕਿ ਸਾਡੇ ਮੂੰਹ ਵੱਲ ਵੇਖਣ ਸਾਡੇ ਤਰਸ ਕਰਨ ਮੁੰਡੇ ਦਾ ਰਿਸ਼ਤਾ ਦੇ ਛੱਡਣ ਸਾਡੀ ਜ਼ਿੰਦਗੀ ਦੀ ਇਹੀ ਖੁਆਇਸ਼ ਹੈ ਸਾਡਾ ਵੀ ਹੋਵੇ ਨਾਲ ਮੁੰਡੇ ਦਾ ਵੀ ਹੋਵੇ ਬਸ ਹੋਰ ਦੁਨੀਆਂ ਦਾ ਕੋਈ ਕੰਮ ਨਹੀਂ ਬਾਕੀ ਭਾਜੀ ਇਹਨਾਂ ਦਾ ਕੀ ਹੋਣਾ ਇਹਨਾਂ ਨੂੰ ਕੁੜੀਆਂ ਵੇਖ ਕੇ ਪਰਸ ਛਪਾਉਣ ਲੱਗ ਪੈਂਦੀਆਂ ਨੇ ਸ਼ਕਲੂ ਚੋਰ ਰੱਖਦੇ ਸ਼ਕਲੂ ਚੋਰ ਲੱਗਦੇ ਨੇ ਭਾਜੀ ਜੀ ਨਹੀਂ ਨਹੀਂ ਇੰਜ ਨਾ ਕੋਈ ਯਾ ਵੇਖ ਲੋ ਵਾਲ ਕਿਉਂ ਰੱਖੇ ਜੀ ਇਹ ਵਾਲਾਂ ਦੀ ਰੋਸ਼ਨੀ ਬਹੁਤ ਥੋੜੀ ਜੀ ਵਾਲ ਸਰਕਾਰ ਇੰਜ ਸ਼ੌਂਕ ਆ ਅੱਛਾ ਤੁਹਾਨੂੰ ਇਹਨਾਂ ਦੇ ਵਾਲ ਵੇਖ ਕੇ ਕੋਈ ਫੀਲਿੰਗ ਆਉਂਦੀ ਜਨਾਨਾ ਟਾਈਪ ਜਨਾਨਾ ਟਾਈਪ ਇਹ ਠਰਕੀ ਮੁੜਿਆਂ ਵਾਸਤੇ ਰੱਖੇ ਨੇ ਅੱਛਾ ਠਰਕੀ ਮੁੜੇ ਉਹ ਕਹਿੰਦੇ ਅਸੀਂ ਆਂ ਜਾ ਰਹੇ ਆ ਨਾ ਪਿੱਛੋਂ ਠਰਕ ਝਾੜਦੇ ਆ ਕਿ ਜਿੱਦਾਂ ਮੂੰਹ ਵੱਲ ਵੇਖਦੇ ਨੇ ਨਾ ਉਹਨਾਂ ਦੇ ਰਮਾਨ ਚੂਰੋ ਚੂਰ ਹੋ ਜਾਂਦੇ ਚੂਰੋ ਚੂਰ ਉਹਨਾਂ ਦੇ ਰੋਂਦੇ ਟੁੱਟ ਜਾਂਦੇ ਨੇ ਇਹ ਭਾਈ ਹਰੀਆਂ ਜੀ ਨੇ ਇਸ਼ਕ ਮਗਰ ਪਾਗਲ ਹੋਏ ਨੇ ਇਹ ਆਂਦੇ ਨਾ ਵਾਹ ਰੱਖੇ ਵਾਹ ਰੱਖੇ ਨੇ ਆਪਣੀ ਆਪਣੀ ਜਾਨ ਤੇ ਖੇਡੇ ਨੇ ਤੁੱਲੇ ਆ ਠੀਕ ਹੈ ਜੀ ਇਹ ਹੱਥ ਵਾਹੋ ਕੋਈ ਇਹ ਵੇਖ ਲੋ ਭਾਈ ਇਹ ਠੀਕ ਹੈ ਐਮ ਕੌਣ ਐਮ ਕੌਣ ਕੌਣ ਦੱਸੋ ਜੀ ਸੌਰੀ ਨਹੀਂ 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 ਸੌਰੀ ਨਾਜ਼ਰੀਨ ਦੇਖੇ ਇਹ ਸਿਗਰਟ ਸੇ ਹੈ ਕਿਸ ਸੇ ਲਿਖਾ ਉਹ ਨਹੀਂ ਉਹ ਮਾਜਰ ਦੀਆਂ ਤੀਲੀਆਂ ਤਾੜ ਕੇ ਪਾਲੇ ਅੱਛਾ ਇਹ ਪਟਾਕਾ ਕਿਉਂ ਉੱਠਿਆ ਵਾ ਤੂੰ ਆ ਕੇ ਰਿਲੇਸ਼ਨ ਖਰਾਬ ਹੋ ਗਿਆ ਜੀ ਜੀ ਜੰਮ ਬਣਿਆ ਜਿੱਦਾਂ ਬੰਦਾ ਲਿੱਦਰ ਖਾਂਦਾ ਨਾ ਆਵਾਜ਼ ਆ ਗਿਆ ਤੇ ਪੈਂਦਾ ਮੋਟਰਸਾਈਕਲ ਤੇ ਇਹ ਸਿਗਰਟ ਲਾ ਰਹੇ ਆ ਉਹ ਖੱਡਿਆਂ ਦੀ ਵਜ੍ਹਾ ਤੋਂ ਫਿਰ ਜਿਹੜਾ ਨਾ ਸਹੀ ਬਣਿਆ ਨਹੀਂ ਆ ਭਾਈ ਇਹ ਤੂੰ ਕੀ ਸਾਬਤ ਹੁੰਦਾ ਸਾਬਤ ਇਹ ਹੀ ਹੁੰਦਾ ਕਿ ਦੁਨੀਆ ਜਿਹੜੀ ਹੈ ਨਾ ਧੋਖੇ ਬਾਦ ਜਿਹੜੀ ਹੈ ਹਕੂਮਤ ਨੂੰ ਵੀ ਜਿਹੜਾ ਸੀ ਆਖਣਾ ਕਾਨੂੰਨ ਪਾਸ ਹੋਇਆ ਦੋ ਸ਼ਾਦੀਆਂ ਦੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਨਹੀਂ ਲੱਭਦਾ ਤੇ ਦੋ ਦੋ ਕਿੱਥੋਂ ਲੱਭਣੇ ਜੇ ਨਾਲੇ ਬਾਅਦ 'ਚ ਜਿਹਨਾਂ ਦਾ ਇੱਕ ਹੋਇਆ ਉਹਨਾਂ ਨੇ ਦੋ ਕਹਿੰਦੇ ਨੇ ਛਿੱਤਰ ਹੀ ਖਾਣੇ ਨੇ ਮੇਰੇ ਖਿਆਲ ਦੇ ਵਿੱਚ ਤੇ ਇਹ ਗੱਲ ਹੈ ਕਿਉਂਕਿ ਦੂਸਰੀ ਕਹਿਣਾ ਚਾਹੁੰਦੇ ਹੋ ਇੱਕ ਹੋ ਜੇ ਬੜੀ ਗੱਲ ਹੈ ਕੁੜੀਆਂ ਦੇ ਚੱਕਰ 'ਚ ਕੋਈ ਫਾਇਦਾ ਨਹੀਂ ਹੈ ਆਪਣਾ ਆਪ ਸਿੱਧਾ ਪੱਧਰਾ ਕਰੋ ਬੰਦਾ
ਗੋਰਮੈਂਟ ਜਿਹੜਾ ਦੂਜੀ ਸ਼ਾਦੀ ਦਾ ਆਪਸ਼ਨ ਕੱਢਿਆ ਓਹਦੇ ਤੇ ਤੁਸੀਂ ਕਿੰਨਾ ਐਗਰੀ ਹੋ? ਜਿਹੜਾ ਗਰੀਬਾਂ ਦੀ ਇੱਕ ਡੀ ਵੀ ਅੱਧੀ ਹੋ ਕੇ ਕਰਨ, ਓਹੀ ਬਹਿਸ ਚੱਲ ਰਹੀ ਹੈ ਨਾ ਤੁਹਾਡੀ, ਕਿਉਂ ਨੀ ਹੋ ਰਹੀ? ਸਾਡੋ ਫਿਰ ਇੱਕ ਗੋਰਮੈਂਟ ਨੂੰ ਕਹੋ ਸਾਡਾ ਜੋੜਾ ਜੋੜਾ ਹੀ ਦੇ ਸਰ ਅੱਡਾ ਬਿਹਤਰੀਨ ਆਪਸ਼ਨ ਜਿੰਨੀਆਂ ਸ਼ਾਦੀਆਂ ਖਰਚਾ ਵਧੀ ਜਾਏਗਾ। ਬਸ ਕਰਨਾ ਚਾਹੁੰਦੇ ਹੋ ਤੁਸੀਂ? ਨਹੀਂ ਮੈਂ ਤੇ ਫਿਲ ਵਗਤ ਨਹੀਂ, ਵਿਆਹ ਤੇ ਕਰਾਂਗੇ, ਸ਼ਾਦੀ ਨਹੀਂ ਕਰਨੀ। ਮੈਨੂੰ ਛੇਣਾ ਮਾਉਣ ਨਹੀਂ ਸ਼ਾਦੀ ਤੂੰ, ਸ਼ਰਮ ਆਉਂਦੀ, ਸ਼ਾਦੀ ਤੇ ਕਰਨੀ ਆ ਨਾ। ਰਿਸ਼ਤੇਦਾਰ ਹੀ ਕਹਿੰਦੇ ਵਿਆਹ ਕਰਾ ਲਓ, ਰਿਸ਼ਤੇਦਾਰ ਕਹਿੰਦੇ ਮਾਂ ਕਹਿੰਦਾ ਮੈਨੂੰ ਸ਼ਰਮ ਸ਼ਰਮ ਆਉਂਦੀ ਹੈ। ਕੰਮ ਕੀ ਕਰਦੇ ਹੋ? ਰਿਸ਼ਤੇਦਾਰ ਕਹਿੰਦੇ ਵਿਆਹ ਕਰਾ ਲਓ, ਮੈਨੂੰ ਸ਼ਰਮ ਆਉਂਦੀ। ਤੁਹਾਨੂੰ ਸ਼ਰਮ ਆਉਂਦੀ? ਹਾਂ। ਕੰਮ ਕੀ ਕਰਦੇ ਹੋ? ਕੰਮ ਬੋਤਲਾਂ ਦੀ ਗੱਡੀ ਲਾਉਂਦਾ ਹਾਂ, ਪਹਿਲਾਂ ਬੋਤਲਾਂ ਦੀ ਗੱਡੀ ਲਾਉਂਦਾ ਹਾਂ। ਅੱਛਾ, ਤੁਹਾਡੀ ਕੀ ਡਿਮਾਂਡ ਹੈ, ਕਿਸ ਤਰ੍ਹਾਂ ਦੀ ਲੜਕੀ ਹੋਣੀ ਚਾਹੀਦੀ? ਖੁੱਲ੍ਹੇ ਪੈਸੇ ਵਾਲੀ। ਖੁੱਲ੍ਹੇ ਪਾਸੇ ਨਹੀਂ ਹੋ ਰਹੇ? ਹਾਂ, ਚਾਰ ਤੇ ਹੋਣੀਆਂ ਚਾਹੀਦੀਆਂ ਨੇ, ਦੋ ਦੀ ਕੀ ਅਹਿਮੀਅਤ? ਕੰਮ ਕੀ ਕਰਦੇ ਹੋ? ਕੰਮ ਭਾਈ ਜੀ 6 ਦਿਨ ਸੁੱਤਿਆ ਰਹੇ, ਐਤਵਾਰ ਦੀ ਛੁੱਟੀ। ਕੰਮ ਤੁਸੀਂ ਚਿੱਤਰ ਖਾਣ ਵਾਲੇ ਕਰਦੇ ਹੋ, ਸ਼ਾਦੀਆਂ ਤੁਸੀਂ ਚਾਰ ਮਹੀਨੇ ਦਾ ਸਾਜ।